हाँ जी बाबा जी, बाबा जी मैं ये जानना चाहना है कि एक घटना का कारण की बनया, दरअसल ये घटना सी की पूरी। देखो एक वापस बंदा दो दिन तो साढ़े ने सिंह के भेस के इतने बार्डर ते रह रहा है जी। अज गुरु साहब की बेअदबी करने का मौका सवेरे मिलया जी। ਗੁਰੂ ਗ੍ਰੰਥ ਸਾਹਿਬ ਸਰਬ ਨੂੰ ਗ੍ਰੰਥ ਤੇ ਹੋਰ ਗ੍ਰੰਥ ਚੱਕ ਕੇ ਪਾਲਕੀ ਸਾਹਿਬ ਦੇ ਵਿੱਚੋਂ ਉਡਣਾ ਦਲ ਮੋਇਆਂ ਦੀ ਮੰਡੀ ਬਾਬਾ ਬਲਵਿੰਦਰ ਸਿੰਘ ਦਾ ਪੁਰਾ ਲੱਗਿਆ ਹੋਇਆ ਜੀ। ਉਹ ਪਾਲਕੀ ਸਾਹਿਬ ਉੱਥੇ ਉਹਨਾਂ ਦੇ ਉੱਥੇ ਰਿਹਾ ਦੋ ਦਿਨ ਕਕਸ ਚ, ਉੱਥੋਂ ਚੱਕ ਕੇ ਜੋ ਟਾਈਮ ਲੱਗਿਆ ਉਹਨੂੰ ਸਵੇਰੇ ਉਹ ਭੱਜ ਲਿਆ। ਹਾਂਜੀ ਗੁਰੂ ਸਾਹਿਬ ਦੀ ਬੇਅਦਬੀ ਜਾਂ ਕੁਛ ਲੈ ਗਿਆ ਗ੍ਰੰਥ ਕੁਛ ਉੱਥੇ ਉੱਥੇ ਇੱਧਰ ਪਾਲਕੀ ਸਾਹਿਬ ਤੋਂ ਖੰਡਿਆ ਤੇ ਤੇ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਰੌਲਾ ਪੈ ਗਿਆ। ਗ੍ਰੰਥ ਸਰਬ ਲੋ ਗ੍ਰੰਥ ਮਿਲਿਆ ਤੇ ਫਿਰ ਉਹ ਪੁੱਛਗਿੱਛ ਦੇ ਵਿੱਚ ਉਹਨੇ ਮੰਨਿਆ ਵੀ ਵੀਡੀਓ ਵੀ ਹੈਗੀਆਂ ਨੇ ਸਿੰਘਾਂ ਕੋਲੇ ਵੀ, ਮੈਨੂੰ ਇੱਥੇ ਬੇਅਦਬੀ ਕਰਨ ਵਾਸਤੇ ਸਪੈਸ਼ਲ ਭੇਜਿਆ ਗਿਆ, ਸਾਨੂੰ 30,000 ਰੁਪਇਆ ਵੀ ਦਿੱਤਾ ਵਾ, ਇਸ ਤਰ੍ਹਾਂ ਕਰਕੇ ਉਹਦੇ ਬਿਆਨ ਸੀਗੇ। ਤੇ ਫਿਰ ਸਿੰਘਾਂ ਨੇ ਤਹਿਲ ਦੇ ਵਿੱਚ ਜਦੋਂ ਸਿੰਘਾਂ ਨੇ ਦੇਖਿਆ ਵੀ ਆਹ ਕੁਛ ਇਹਨੇ ਕਰਿਆ, ਸਿੰਘਾਂ ਨੇ ਫਿਰ ਉਹਦਾ ਗੁੱਟ ਵੱਢਤਾ ਜੀ। ਹਾਂਜੀ ਤੇ ਲੱਗਾ ਤਾਂ ਉਹ ਬਾਬਾ ਜੀ ਕੁਛ ਉਹਨਾਂ ਨੇ ਆਪਣੇ ਬਿਆਨ 'ਚ ਕੁਛ ਦੱਸਿਆ ਕਿ ਭੇਜਿਆ ਕਿਹਦੇ ਵੱਲੋਂ ਗਿਆ ਸੀ ਉਹ ਮਹਾਰਾਜ ਜੀ ਵੀਡੀਓ ਹੈਗੀ ਆ ਤੁਸੀਂ ਸੁਣ ਲਿਓ, ਇੱਥੇ ਹੈਗੀ ਆ ਸਿੰਘਾਂ ਕੋਲੇ ਵਾਇਰਲ ਹੋ ਜੂ, ਅਜੇ ਹੋਈ ਹੈ ਨੀ ਗੀ ਵਾਇਰਲ ਉਹ ਜੀ, ਉਹ ਦੱਸ ਰਿਹਾ ਸਾਰਾ ਕੁਛ ਉਹਦੇ ਵਿੱਚ ਦੱਸੀ ਜਾਂਦਾ ਵਾ। ਪਰ ਬਾਬਾ ਜੀ ਜਿਸ ਤਰੀਕੇ ਨਾਲ ਤੁਹਾਨੂੰ ਕੀ ਲੱਗਦਾ, ਜਿਸ ਤਰੀਕੇ ਨਾਲ ਉਹ ਗੁਰੂ ਸਾਹਿਬਾਨ ਦੇ ਨਾਮ ਲੈ ਰਿਹਾ, ਜਦੋਂ ਜਦੋਂ ਆਪਣੇ ਜਾਨ ਨਿਕਲਦੀ ਆ ਉਹਦੀ ਉਸ ਵੇਲੇ ਗੁਰੂ ਸਾਹਿਬਾਨ ਦੇ ਨਾਮ ਲੈ ਰਿਹਾ, ਫਿਰ ਇਹਦਾ ਮਤਲਬ ਉਹਨੂੰ ਤਿਆਰ ਕਰਕੇ ਭੇਜਿਆ ਗਿਆ ਸੀ ਜਾਂ ਤੁਸੀਂ ਤੁਸੀਂ ਕੀ ਸੋਚਦੇ ਹੋ? ਉਹਨੇ ਜਦੋਂ ਉਹਨੇ ਪੰਜ ਆਪਣੇ ਦੇਖੋ ਜਗਾਉ ਜੀ ਸਾਹਿਬ ਦੀ ਜਿਹੜੇ ਬਾਣੀ ਦੀਆਂ ਮੋਹਰੀਆਂ ਦੋ ਪੌੜੀਆਂ ਨੇ ਹਨਾ, ਮੂਲ ਮੰਤਰ ਦਾ ਉਹਨੇ ਪਾਠ ਵੀ ਕਰਿਆ, ਫਿਰ ਗੁਰੂ ਸਾਹਿਬ ਦੇ ਨਾਮ ਵੀ ਲਏ ਨੇ। ਇਹਦਾ ਮਤਲਬ ਇਹ ਆ ਵੀ ਏਜੰਸੀਆਂ ਵੱਲੋਂ ਪੁੱਲ ਤਿਆਰ ਪਤਿਆਰ ਕਰਕੇ ਸਾਡੇ ਚ ਮੁੰਡੇ ਸੱਦੇ ਗਏ ਨੇ, ਠੀਕ ਆ। ਜਿਹੜਾ ਇੱਕ ਸਾਨੂੰ ਦੋ ਦਿਨ ਚੱਲਦਾ ਇਹਨੂੰ ਢਾ ਲਾਉਣ ਵਾਸਤੇ, ਉਹ ਕਹਿੰਦੇ ਸੀ ਹੋਰ ਵੀ ਬੰਦੇ ਬਹੁਤ ਆਏ ਹੋਏ ਨੇ ਇਹਦੇ ਵਿੱਚ ਬੜੇ ਹੋਏ ਨੇ, ਉਹ ਸ਼ਖਸ ਦੇ ਬਿਆਨ ਨੇ ਤੇ ਉਹਨੇ ਸਾਰਾ ਕੁਛ। ਬਾਕੀ ਏਜੰਸੀਆਂ ਵੀ ਚੱਲ ਕੇ ਢਾ ਲਾਉਣ ਵਾਸਤੇ, ਪਹਿਲੀ ਵਾਰੀ ਇਹ ਨਿੰਗ ਸਿੰਘਾਂ ਦੇ ਜਿਹੜਾ ਹੈਗਾ ਪੜਾਅ ਦੇ ਉੱਤੇ ਬੋਰ ਆਉਂ ਹੋਏ ਆ ਤੇ ਪਹਿਲੀ ਵਾਰੀ ਉਹ ਦੋਸ਼ ਨੂੰ ਸਜ਼ਾ ਦਿੱਤੀ ਗਈ ਹੈ ਸਿੰਘਾਂ ਵੱਲੋਂ। ਬਾਬਾ ਜੀ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਕਈ ਕੁਝ ਕਿਹਾ ਜਾ ਰਿਹਾ, ਕੀ ਤੁਹਾਨੂੰ ਲੱਗਦਾ ਹੈ ਕਿ ਇਹੋ ਹੀ ਇੱਕ ਤਰੀਕਾ ਸੀ ਉਸ ਬੰਦੇ ਨੂੰ ਸਜ਼ਾ ਦੇਣ ਦਾ, ਜਾਂ ਕਾਨੂੰਨ 'ਤੇ ਭਰੋਸਾ ਰੱਖਦੀਆਂ ਗੁਰੂ ਦੀਆਂ ਫੌਜਾਂ ਜਾਂ ਜਦੋਂ ਇਹ ਦੇਖੋ ਤਾਂ ਗੁਰੂ ਸਾਹਿਬ ਸਾਨੂੰ ਜਦੋਂ ਗੁਰੂ ਸਾਹਿਬ ਦੀ ਕਿਤੇ ਬੇਅਦਬੀ ਹੁੰਦੀ ਹੈ ਸਾਨੂੰ ਨਹੀਂ, ਉੱਥੇ ਸਾਨੂੰ ਗੁਰੂ ਸਾਹਿਬ ਪਿਆਰਾ ਕੋਈ ਵਿਅਕਤੀ ਪਿਆਰਾ ਨਹੀਂ ਹੋਏਗਾ, ਜਿਹੜਾ ਕੋਈ ਦੋਸਤ ਹੋਊਗਾ ਕਰੂਗਾ ਫਿਰ ਫੌਜਾਂ ਨੇ ਸੌਦਾ ਲਾਉਣਾ ਹੀ ਲਾਉਣਾ, ਨੇੜੇ ਨੂੰ ਕੋਈ ਲੱਗਦਾ ਹੈਗਾ। ਇੰਨੀਆਂ ਬੇਅਦਬੀਆਂ ਹੋਈਆਂ ਨੇ ਗੁਰੂ ਸਾਹਿਬ ਦੀਆਂ, ਸਾਰੀਆਂ ਬੇਅਦਬੀਆਂ ਦੇ ਵਿੱਚ ਮੈਂਟਲ ਤੌਰ ਤੇ ਉਹਨਾਂ ਨੂੰ ਪੇਸ਼ ਕੀਤਾ ਗਿਆ ਵਾ, ਠੀਕ ਆ ਨਾ। ਹਾਂ ਤੇ ਜਦੋਂ ਕੋਈ ਸ਼ਖਸ ਫਸਿਆ, ਹੁਣ ਇੱਥੇ ਇਕੱਠ ਬਹੁਤਾ ਜ਼ਿਆਦਾ ਸੀਗਾ, ਨਿੰਗ ਸਿੰਘਾਂ ਨੇ ਜਿਹੜੀ ਆਪਦੀ ਕਾਰਵਾਈ ਸੀ ਗੁਰਮਤ ਅਨੁਸਾਰ ਉਹ ਪਾ ਪਈ ਆ। ਬਾਬਾ ਜੀ ਹੁਣ ਕਾਨੂੰਨ ਦਾ ਸਾਹਮਣਾ ਤਾਂ ਫਿਰ ਗੁਰੂ ਦੀਆਂ ਫੌਜਾਂ ਨੂੰ ਵੀ ਕਰਨਾ ਪਊਗਾ ਨਾ, ਕਿਉਂਕਿ ਕਾਨੂੰਨ ਤਾਂ ਹਰ ਇੱਕ ਤੇ ਲਾਗੂ। ਕੋਈ ਗੱਲ ਨਹੀਂ, ਜਿਹੜੇ ਦੇਖੋ ਕਾਨੂੰਨ ਸਾਰਿਆਂ ਵਾਸਤੇ ਅਲੱਗ ਨਹੀਂ ਹੈਗਾ, ਇੱਕ ਹੀ ਆ। ਜਿਹੜੀ ਕਾਨੂੰਨੀ ਕਾਰਵਾਈ ਆ ਜਿਹੜੀਆਂ ਫੌਜਾਂ ਨੇ ਉਹ ਸਾਹਮਣਾ ਕਰਨਗੀਆਂ, ਠੀਕ ਆ ਨਾ। ਜਿਹੜੇ ਨਿੰਗ ਸਿੰਘ ਨੇ ਜਿਨ੍ਹਾਂ ਨੇ ਸੋਧੇ ਲਾਏ ਨੇ ਉਹ ਆਪੇ ਚ ਜ਼ਿੰਮੇਵਾਰੀ ਕਬੂਲਣਗੇ ਜੀ। ਬਾਬਾ ਜੀ ਕੀ ਲੱਗਦਾ, ਕਿਉਂਕਿ ਛੋਟੀ ਮੋਟੀ ਘਟਨਾ ਨਹੀਂ, ਵੱਡੀ ਘਟਨਾ ਹੈ, ਬਹੁਤ ਏਜੰਸੀਆਂ ਦੇ ਵਿੱਚ ਹੱਥ ਆ। ਇਹਨੂੰ ਸਿਰਫ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ ਇਹਨੂੰ ਢਾ ਲਾਉਣ ਵਾਸਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਵੱਡੀਆਂ ਵੱਡੀਆਂ ਚਾਲਾਂ ਚੱਲ ਰਹੀਆਂ ਨੇ, ਜਿਹੜੇ ਨਿੰਗ ਸਿੰਘ ਜਥੇਬੰਦੀਆਂ ਸੀ ਪਹਿਲਾਂ ਐਲਾਨ ਕੀਤੇ ਹੋਏ ਨੇ ਵੀ ਜਿਹਦਾ ਕੋਈ ਕਿਸਾਨਾਂ ਦੇ ਵੱਲ ਜਾਂ ਸਾਡੇ ਧੀਆਂ ਭੈਣਾਂ ਦੀ ਕੋਈ ਬੇਅਦਬੀ ਕਰੂਗਾ, ਬੇਪੱਤੀ ਜਾਂ ਕਿਸਾਨ ਦੇ ਕੋਈ ਮਾਰੂ ਆ ਕੇ, ਪਹਿਲਾਂ RSS ਦੇ ਬੰਦੇ ਵੀ ਇੱਥੇ ਆਏ ਨੇ, ਹੋਰ ਵੀ ਆਏ ਨੇ, ਅਸੀਂ ਬਖਸ਼ਾਂਗੇ ਨੀ ਉਹਨੂੰ, ਉਹਨਾਂ ਨੇ ਸਾਡੇ ਗੁਰੂ ਸਾਹਿਬ ਨੂੰ ਹੱਥ ਪਾ ਲਿਆ ਕੇ। ਬਾਬਾ ਜੀ ਕਿਉਂਕਿ ਬਾਬਾ ਜੀ ਤੁਸੀਂ ਲਗਭਗ ਪਿਛਲੇ 10-11 ਮਹੀਨਿਆਂ ਤੋਂ ਲਗਾਤਾਰ ਸ਼ਿੱਦਤ ਦੇ ਨਾਲ ਅੰਦੋਲਨ ਦੇ ਵਿੱਚ ਡਟੇ ਹੋਏ ਹੋ, ਗੁਰੂ ਦੀਆਂ ਫੌਜਾਂ ਤੁਸੀਂ ਅਗਵਾਈ ਵੀ ਕਰਦੇ ਹੋ ਆਪਣੇ ਦਲ ਦੀ, ਕੀ ਮੰਨਦੇ ਹੋ ਕਿ ਇਸ ਘਟਨਾ ਤੋਂ ਬਾਅਦ ਠੀਕ ਹੈ ਗੁਰੂ ਦੀ ਬੇਅਦਬੀ ਹੋਈ ਤੁਹਾਡੇ ਮੁਤਾਬਕ ਬਦਲਾ ਲੈ ਲਿਆ ਗਿਆ, ਪਰ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਕੋਈ ਢਾਲ ਲੱਗੂਗੀ, ਕਿਉਂਕਿ ਕੇਂਦਰ ਸਰਕਾਰ ਔਰ ਜਿਹੜੀਆਂ ਵਿਰੋਧੀ
ਸ਼ਕਤੀਆਂ ਹੈਗੀਆਂ, ਵਿਰੋਧੀ ਤਾਕਤਾਂ ਹੈਗੀਆਂ, ਉਹ ਲਗਾਤਾਰ ਕੋਸ਼ਿਸ਼ ਕਰਦੀਆਂ ਕਿ ਅੰਦੋਲਨ ਨੂੰ ਕਿਸੇ ਤਰੀਕੇ ਹੀ ਢਾਹ ਲਾਈ ਜਾਵੇ। ਇੱਕ ਉਹ ਤਰੀਕਾ ਵੀ ਸੀ ਕਿ ਜੀ ਦੇਖੋ ਜਦੋਂ ਇਹਦੇ ਵਿੱਚ ਗੱਲ ਇਹ ਸਪਸ਼ਟ ਹੋ ਗਈ ਆ ਵੀ ਉਹ ਗੁਰੂ ਸਾਹਿਬ ਦੀ ਬੇਅਦਬੀ ਵੀ ਕਰੀਏ ਤਾਂ ਅੰਦੋਲਨ ਵਾਲਾ, ਅਸੀਂ ਕਹਿੰਦੇ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਉਹ ਬੰਦਾ ਆਇਆ ਸੀ, ਆਪਦੇ ਮੂੰਹ ਨਾਲ ਬੋਲਾ, ਉਹ ਵੀਡੀਓ ਇੱਥੇ ਜਾਰੀ ਹੋਊਗੀ ਜਿਹੜੇ ਨਿੰਘ ਸਿੰਘਾਂ ਨੇ ਬਣਾਈ ਆ, ਉਹ ਵੀਡੀਓ ਜਾਰੀਆਂ ਵਾਇਰਲ ਹੋ ਜਾਣੀਆਂ, ਜੋ ਕੁਛ ਬੋਲ ਰਿਹਾ ਤੁਸੀਂ ਸਾਰੇ ਸੁਣ ਲਿਓ, ਠੀਕ ਆ ਨਾ। ਬਾਕੀ ਇਹ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਸਰਕਾਰ ਦੀ ਏਜੰਸੀਆਂ ਦੀ ਚਾਲ ਆ ਵੱਡੇ ਹੱਥ, ਉਹਨੇ ਸਾਰਾ ਕੁਛ ਦੱਸਿਆ, ਮੈਨੂੰ 30,000 ਰੁਪਇਆ ਸਾਨੂੰ ਦੇ ਕੇ ਭੇਜਿਆ ਹੋਇਆ ਸੀ, 30,000 ਰੁਪਇਆ, ਤੇ ਉਹਨੇ ਆਪਦੇ ਪਿੰਡ ਦਾ ਵੀ ਨਾਂ ਦੱਸਿਆ ਤੇ ਪਿਤਾ ਦਾ ਮੈਨੂੰ ਲੱਗਦਾ ਅਵਤਾਰ ਸਿੰਘ ਦੱਸਿਆ ਸੀ ਪਿੰਡ ਦਾ ਨਾਂ, ਉਹਨੇ ਇੱਧਰ ਆਪਣੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਚੀਮਾ ਪਿੰਡ ਕਹਿੰਦੇ ਸੀਗੇ ਵੀ ਉਹ ਪਿੰਡ ਆ, ਤੇ ਪੰਜਾਬ ਵਾਲਿਆਂ ਨੂੰ ਇਕੱਠਿਆ ਹੋਇਆ ਸਾਰਾ ਕੁਛ, ਪੰਜਾਬ ਵਾਲਿਆਂ ਨੂੰ ਬੇਅਦਮੀਆਂ ਕਹਾਉਂਦੇ ਨੇ ਆਨੰਦਪੁਰ ਸਾਹਿਬ ਵੀ ਜੋ ਪੰਜਾਬੀਆਂ ਨੇ ਕਰੀ ਆ, ਠੀਕ ਆ ਨਾ। ਅਜੇ ਪਤਾ ਲੱਗੂ ਵੀ ਕੀ ਕਿੱਥੇ ਦਾ ਬੰਦਾ, ਉਹ ਅਜੇ ਪੂਰੀ ਜਾਣਕਾਰੀ ਸਾਨੂੰ ਨਹੀਂ ਵੀ ਹੈਗੀ ਵੀ ਕਿਹੜੇ ਪਿੰਡ ਦਾ ਕੌਣ ਆ, ਜਦੋਂ ਸੁਹਿਰਦਾ ਸਾਨੂੰ ਉਹ ਬੰਦਾ ਉੱਥੋਂ ਕਿੱਥੋਂ ਆਇਆ, ਕਿਹਨੇ ਭੇਜਿਆ, ਜਾਣ ਬੱਝ ਕੇ ਕਿਉਂ ਅੰਦੋਲਨ ਬਦਨਾਮ ਕਰਨ ਵਾਸਤੇ ਇਹ ਜਿਹੜੀ ਇਹ ਸਾਜ਼ਿਸ਼ ਰਚੀ ਗਈ ਆ, ਉਹਨੂੰ ਅਸੀਂ ਬੇਨਕਾਬ ਕਰਨਾ ਚਾਹੁੰਦੇ ਹਾਂ, ਉਹ ਸੰਗਤ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਵੇ, ਵੱਡਾ ਉਹਦਾ ਪੂਰਾ ਕਿਹੜੇ ਬੰਦਿਆਂ ਦਾ ਸ਼ਖਸਾਂ ਦਾ ਹੱਥ ਹੈ ਇਹਦੇ ਵਿੱਚ, ਕੌਣ ਕੌਣ ਉਹ ਬੰਦੇ ਨੇ ਜਿਹਨਾਂ ਨੇ ਉਹਨੂੰ ਤਿਆਰ ਕਰਕੇ ਭੇਜਿਆ, ਇਹ ਸਾਰੇ ਪਰਤਾਂ ਖੋਲਣੀਆਂ ਚਾਹੀਦੀਆਂ ਨੇ, ਇਹਦੀ ਯੋਜਨਾਬੱਧ ਤਰੀਕੇ ਨਾਲ ਜੋ ਕਿ ਕਰਿਆ ਗਿਆ ਸਾਰਾ ਕੰਮ, ਤੇ ਅਸੀਂ ਵੀ ਚਾਹੁੰਦੇ ਹਾਂ ਉਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ, ਉੱਥੇ ਤੱਕ ਮੁੱਢ ਤੱਕ ਪਹੁੰਚਿਆ ਜਾਵੇ, ਜਿੰਨੀਆਂ ਵੀ ਹੁਣ ਤੱਕ ਬੇਅਦਬੀਆਂ ਹੋਈਆਂ ਨੇ ਕੋਈ ਮਸਲਾ ਹੱਲ ਨਹੀਂ ਹੋਇਆ। ਸਾਨੂੰ ਤਾਂ ਇਹੀ ਇਸ ਦਾ ਇਹੀ ਆਸ ਕਰਦੇ ਹਾਂ ਵੀ ਇਹ ਜਿਹੜਾ ਜਿੱਥੇ ਤੱਕ ਪਹੁੰਚ ਹੋ ਸਕੇ, ਕਿੱਥੋਂ ਭੇਜਿਆ ਗਿਆ, ਕਿਹਨਾਂ ਦਾ ਹੱਥ ਆ, ਕੌਣ ਬੰਦੇ ਨੇ ਉਹ, ਕਿਉਂ ਉਹ ਇੱਥੇ ਭੇਜਿਆ ਗਿਆ, ਉਹ ਸਾਰੀਆਂ ਗੱਲਾਂ ਪਰਤਾਂ ਖੁੱਲਣੀਆਂ ਚਾਹੀਦੀਆਂ ਨੇ। ਬਾਬਾ ਜੀ ਆਖਰੀ ਸਵਾਲ ਹੈ ਕਿ ਜਿਹੜੇ ਵੀ ਨਿਹੰਗ ਸਿੰਘ ਫੌਜਾਂ ਨੇ, ਜਿਹੜੇ ਵੀ ਸਿੰਘਾਂ ਨੇ ਇਹ ਸੋਧਾ ਲਾਇਆ, ਤੁਹਾਡੇ ਮੁਤਾਬਕ ਕੀ ਉਹ ਆਤਮ ਸਮਰਪਣ ਕਰਨਗੇ ਇਸ ਵੇਲੇ, ਜਾਂ ਤੁਹਾਡਾ ਫੈਸਲਾ ਕੀ ਹੋਇਆ ਇਸ ਵੇਲੇ ਨਿਹੰਗ ਸਿੰਘ ਜਥੇਬੰਦੀਆਂ ਦਾ? ਹਜੇ ਸਾਡਾ ਕੋਈ ਫੈਸਲਾ ਨਹੀਂ ਹੋਇਆ। ਦੇਖੋ ਜਿਹੜੇ ਜਿੱਥੇ ਜਥੇਬੰਦੀ ਦੇ ਵਿੱਚ ਜਿੱਥੇ ਉਹ ਗੁਰੂ ਸਾਹਿਬ ਦਾ ਸੂਪ ਚੱਕ ਕੇ ਉਹਨੇ ਭੱਜਿਆ, ਉੱਥੋਂ ਲੈ ਕੇ ਗਿਆ ਪੋਥੀਆਂ ਖਲਾਰੀਆਂ ਨੇ, ਬਾਬਾ ਬਲਵਿੰਦਰ ਸਿੰਘ ਮੋਇਆਂ ਦੀ ਮੰਡੀ ਵਾਲੇ, ਉਹ ਇੱਥੇ ਉਹ ਇੱਥੇ ਨਹੀਂ ਸੀਗੇ, ਉਹ ਆਪਦੇ ਸਥਾਨ ਤੇ ਸੀਗੇ ਜਦੋਂ ਉਹਨਾਂ ਨੂੰ ਸਾਡੇ ਪਤਾ ਲੱਗਿਆ, ਉਹ ਸਵੇਰ ਦੇ ਤੁਰੇ ਹੋਏ ਨੇ, ਠੀਕ ਆ ਨਾ। ਤੇ ਉਹ ਇੱਥੇ ਆਉਣਗੇ ਸ਼ੁਰੂ ਬਾਰਡਰ ਤੇ ਆ ਕੇ, ਫਿਰ ਜੋ ਵੀ ਗੁਰਮਤਾ ਹੋਊ ਅਸੀਂ ਸਾਰੇ ਇਕੱਠੇ ਕਰਕੇ ਉਹ ਗੁਰਮਤਾ ਕਰਕੇ ਉਹਦੇ ਨਾਲ ਅਸੀਂ ਕਾਨੂੰਨ ਦੇ ਨਾਲ ਜਿਹੜੀ ਆ ਹਨਾ ਗੱਲਬਾਤ ਕਰਾਂਗੇ ਸਾਰੀ। ਅਸੀਂ ਵੀ ਚਾਹੁੰਦੇ ਹਾਂ ਵੀ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਨਾ ਦੁਸ਼ਟ ਲੋਕਾਂ ਨੇ, ਉਹ ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਆ। ਜੀ ਬਹੁਤ ਧੰਨਵਾਦ ਬਾਬਾ ਜੀ।